ਇਹਦੇ 'ਚ ਇੱਕ ਫਰੀਦਕੋਟ ਸ਼ਹਿਰ ਦਾ ਇੱਕ ਵਿਅਕਤੀ ਜਿਹੜਾ ਕਿ ਗੌਰਮੈਂਟ ਮੁਲਾਜ਼ਮ ਹੈ, ਉਹਨੂੰ ਧਮਕੀ ਆਈ ਸੀਗੀ ਅਰਸ਼ ਡੱਲਾ ਵੱਲੋਂ, ਅਤੇ ਉਹਦੇ ਸੰਬੰਧ 'ਚ ਅਸੀਂ ਪਿਛਲੇ ਮਹੀਨੇ ਜਿਹੜਾ ਹੈਗਾ ਤਫਤੀਸ਼ ਆਰੰਭ ਕੀਤੀ ਸੀ, ਅਤੇ ਉਸ ਤਫਤੀਸ਼ ਦੇ ਦੌਰਾਨ ਅਸੀਂ ਇਹ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕੀਤਾ, ਅਤੇ ਹਰਪ੍ਰੀਤ ਨਾਮ ਦਾ ਇੱਕ ਵਿਅਕਤੀ ਜਿਹੜਾ ਕਿ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ, ਉਹਨੂੰ ਜਿਹੜਾ ਹੈਗਾ ਸਾਡੇ ਵੱਲੋਂ ਅਰੈਸਟ ਕੀਤਾ ਗਿਆ ਸੀਗਾ ਉਸ ਮੁਕੱਦਮੇ ਦੇ ਵਿੱਚ, ਅਤੇ ਉਹਦੇ ਇਨਕਸ਼ਾਫ ਤੇ ਜੋ ਕੁਝ ਉਹਨੇ ਸਾਨੂੰ ਦੱਸਿਆ, ਉਹਨੇ ਕੁਝ ਤਿੰਨ ਵਿਅਕਤੀਆਂ ਦੇ ਨਾਮ ਲਏ ਜਿਹੜੇ ਕਿ ਇਸ ਵਿਅਕਤੀ ਨੂੰ ਜਿਹੜਾ ਸਾਡਾ ਵਿਕਟਿਮ ਹੈਗਾ ਉਹਨੂੰ ਡਰਾਉਣ ਵਾਸਤੇ ਜਿਹੜੇ ਕਿ ਉਹਦੇ ਘਰ ਤੇ ਫਾਇਰਿੰਗ ਕਰਕੇ ਉਹ ਤੋਂ ਫਿਰੌਤੀ ਜਿਹੜੀ ਹੈਗੀ ਉਹ ਲੈਣਾ ਚਾਹੁੰਦੇ ਸੀ, ਤੇ CIA ਦੀ ਟੀਮ ਜਿਹੜੀ ਹੈਗੀ ਹੈ ਫਰੀਦਕੋਟ ਜ਼ਿਲ੍ਹੇ ਦੀ, ਉਹਨੂੰ ਜਦੋਂ ਇਹ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਨੇ ਉਹਨਾਂ ਵਿਅਕਤੀਆਂ ਨੂੰ ਜਿਹੜਾ ਹੈਗਾ ਕੱਲ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਤੇ ਜਦੋਂ ਉਹ ਭੱਜ ਗਏ ਪੁਲਿਸ ਦੀ ਗੱਡੀ ਨੇ ਉਹਨਾਂ ਦਾ ਪਿੱਛਾ ਕੀਤਾ, ਤੇ ਜਦੋਂ ਉਹਨਾਂ ਦੋਸ਼ੀਆਂ ਦਾ ਜਿਹੜਾ ਹੈਗਾ ਰਸਤਾ ਬੰਦ ਹੋ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ, ਔਰ ਜਿਹਦੇ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਨੇ ਆਪਣਾ ਬਚਾਅ ਕਰਦੇ ਹੋਏ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਜਿਹੜਾ ਹੈਗਾ ਫਾਇਰ ਕੀਤਾ, ਜਿਹਦੇ 'ਚ ਕਿ ਦੋ ਦੋਸ਼ੀ ਇੱਕ 24 ਸਾਲ ਦਾ ਤੇ ਇੱਕ 21 ਸਾਲ ਦਾ ਜਿਹੜਾ ਨੌਜਵਾਨ ਹੈਗਾ ਇਹ ਇੰਜਰ ਹੋ ਗਏ। ਇਹਨਾਂ ਦੇ ਨਾਮ ਜਿਹੜੇ ਹੈਗੇ ਨੇ, ਇੱਕ ਤਾਂ ਵਿਪਿਨ ਪ੍ਰੀਤ ਵਿਪਿਨ ਹੈ ਜਿਹੜਾ ਕਿ 24 ਸਾਲ ਦਾ ਨੌਜਵਾਨ ਹੈ ਔਰ ਇਹ ਜਲੰਧਰ ਦਾ ਰਹਿਣ ਵਾਲਾ ਹੈ, ਔਰ ਇਸ ਤੋਂ ਇਲਾਵਾ ਇੱਕ ਕਰਨ ਕੁਮਾਰ ਏਲੀਅਸ ਆਸ਼ੂ ਹੈ ਜਿਹੜਾ ਕਿ ਇਹਦਾ ਰਿਸ਼ਤੇਦਾਰ ਹੈ ਔਰ ਇਹ ਵੀ ਜਲੰਧਰ ਦੇ ਵਿੱਚ ਹੀ ਰਹਿੰਦਾ ਹੈ, ਔਰ ਇਹਦਾ ਪਿਛੋਕੜ ਫਰੀਦਕੋਟ ਜ਼ਿਲ੍ਹੇ ਦਾ ਪਾਇਆ ਗਿਆ, ਤੇ ਇਸ ਤੋਂ ਇਲਾਵਾ ਇੱਕ ਅਨੂਪ੍ਰੀਤ ਅਨੂ ਇਹਨਾਂ ਦਾ ਜਿਹੜਾ ਸਾਥੀ ਹੈ ਜਿਹਨੂੰ ਕਿ ਜਿਹੜਾ ਹੈਗਾ ਪੁਲਿਸ ਨੇ ਗ੍ਰਿਫਤਾਰ ਕੀਤਾ। ਕਿਸ ਤਰ੍ਹਾਂ ਗੇਮ ਚੁਕਾਉਂਦੇ ਸੀ ਜਿੰਨੇ ਬੰਦੇ ਰਹਿਣ ਵਾਲੇ ਸੀ, ਕਿਸ ਤਰ੍ਹਾਂ ਅਸੀਂ ਗੱਲਾਂ ਇਹਨਾਂ ਤੋਂ ਕੰਮ ਕਰਦਾ ਸੀ। ਇਹਦੇ 'ਚ ਇਹ ਜਿਹੜਾ ਸਾਡੇ ਕੋਲ ਤਫਤੀਸ਼ 'ਚ ਆਇਆ ਵੀ ਇਹ ਜਿਹੜੇ ਵਿਅਕਤੀ ਨੇ ਇਹਨਾਂ ਨੂੰ ਜਿਹੜਾ ਹੈਗਾ ਡਰਾਉਣ ਧਮਕਾਉਣ ਵਾਸਤੇ ਤਿੰਨ ਅਸਲੇ ਜਿਹੜੇ ਹੈਗੇ ਆ ਅਰਸ਼ ਡੱਲਾ ਦੇ ਕਿਸੇ ਵਿਅਕਤੀ ਨੇ ਇਹਨਾਂ ਨੂੰ ਦਿੱਤੇ, ਤੇ ਜਿਹਦੇ ਨਾਲ ਕਿ ਇਹ ਜਿਹੜਾ ਭੋਲੇ ਭਾਲੇ ਲੋਕ ਹੁੰਦੇ ਸੀ ਉਹਨਾਂ ਦੇ ਘਰਾਂ ਦੇ ਬਾਹਰ ਜਾ ਕੇ ਫਾਇਰਿੰਗ ਕਰਦੇ ਸੀਗੇ। ਇਹਨਾਂ ਨੇ ਜਿਹੜਾ ਹੈਗਾ 31 ਮਾਰਚ ਨੂੰ ਜਲੰਧਰ ਦੇ ਵਿੱਚ ਸਾਹਿਲ ਸ਼ਾਹ ਨਾਮ ਦਾ ਇੱਕ ਪੰਜਾਬੀ ਸਿੰਗਰ ਹੈ ਉਹਦੇ ਘਰ ਦੇ ਬਾਹਰ ਇਹਨਾਂ ਨੇ ਫਾਇਰਿੰਗ ਕੀਤੀ, ਤੇ ਇਸ ਦੇ ਸੰਬੰਧ ਦੇ ਵਿੱਚ ਉੱਥੇ ਜਲੰਧਰ ਸ਼ਹਿਰ ਦੇ ਵਿੱਚ ਮੁਕੱਦਮਾ ਵੀ ਦਰਜ ਹੈ। ਇਸ ਤੋਂ ਇਲਾਵਾ ਜਿਹੜਾ ਫਰੀਦਕੋਟ ਜ਼ਿਲ੍ਹੇ ਦਾ ਜਿਹੜਾ ਵਿਕਟਿਮ ਹੈਗਾ ਉਸ ਦੇ ਘਰ ਵੀ ਇਹਨਾਂ ਦਾ ਕੱਲ੍ਹ ਜਿਹੜਾ ਹੈਗਾ ਫਾਇਰਿੰਗ ਕਰਕੇ ਤੇ ਉਹਨੂੰ ਡਰਾਉਣ ਦਾ ਜਿਹੜਾ ਇਹਨਾਂ ਦਾ ਮਕਸਦ ਸੀਗਾ, ਜਿਹਦੇ 'ਚ ਕਿ ਪੁਲਿਸ ਨੇ ਜਿਹੜਾ ਹੈਗਾ ਤੁਰੰਤ ਪ੍ਰਭਾਵ ਦੇ ਨਾਲ ਐਕਸ਼ਨ ਕਰਦੇ ਹੋਏ ਇਹਨਾਂ ਨੂੰ ਇਹਨਾਂ ਨਾਕਾਮਯਾਬ ਕੀਤਾ। ਕਿੰਨੇ ਦੀ ਪ੍ਰਾਪਤੀ ਜਿਹੜੀ ਮੰਗੀ ਗਈ ਸਮੇਂ ਆਇਆ, ਕਿੰਨੇ ਲੱਖ ਦੀ ਪ੍ਰਾਪਤੀ ਮੰਗੀ ਗਈ? ਜੋ ਮੁੱਢਲੀ ਜਾਣਕਾਰੀ ਸੀ ਉਹਦੇ ਵਿੱਚ 50 ਲੱਖ ਰੁਪਏ ਦੀ ਮੰਗ ਜਿਹੜੀ ਹੈਗੀ ਹੈ ਅਰਸ਼ ਡੱਲਾ ਵੱਲੋਂ ਕੀਤੀ ਗਈ ਸੀਗੀ, ਤੇ ਉਸੇ ਦੇ ਅਨੁਸਾਰ ਜਿਹੜਾ ਹੈਗਾ ਪਹਿਲਾਂ ਵੀ ਜੋ ਤਫਤੀਸ਼ 'ਚ ਸਾਡੇ ਆਇਆ ਹੈ ਕਿ ਕੁਝ ਵਿਅਕਤੀਆਂ ਤੋਂ ਉਸਨੇ ਜਿਹੜੀ ਪੈਸੇ ਮੰਗਣ ਦੀ ਜਿਹੜੀ ਕੋਸ਼ਿਸ਼ ਕੀਤੀ, ਧਮਕੀਆਂ ਇੱਥੇ ਫਰੀਦਕੋਟ ਦੇ ਵਿੱਚ ਦਿੱਤੀਆਂ, ਤੇ ਉਹਦੇ ਵਿੱਚ ਵੀ ਇਹਨਾਂ ਵਿਅਕਤੀਆਂ ਦਾ ਜਿਹੜਾ ਹੈਗਾ ਸ਼ਮੂਲੀਅਤ ਸੀਗੀ, ਤੇ ਉਹ ਹੁਣ ਅਸੀਂ ਤਫਤੀਸ਼ ਦੇ ਦੌਰਾਨ ਜਿਹੜਾ ਹੈਗਾ ਇਹਨੂੰ ਬੇਨਕਾਬ ਕਰਨਾ। ਸਰ, ਇਹਦੇ 'ਚ ਅਰਸ਼ ਡੱਲਾ ਦੇ ਖਿਲਾਫ ਵੀ ਹੁਣ ਮਾਮਲਾ ਦਰਜ ਕੀਤਾ ਗਿਆ? ਹਾਂਜੀ, ਇਹਦੇ 'ਚ ਜਿਹੜਾ ਮੁੱਢਲਾ ਮੁਕੱਦਮਾ ਅਸੀਂ ਦਰਜ ਕੀਤਾ ਸੀ ਥਾਣਾ ਸਿਟੀ ਫਰੀਦਕੋਟ ਦੇ ਵਿੱਚ, ਉਹ ਅਰਸ਼ ਡੱਲਾ ਦੇ ਖਿਲਾਫ ਦਰਜ ਕੀਤਾ ਸੀਗਾ, ਅਤੇ ਕੱਲ੍ਹ ਜਿਹੜੀ ਇਨਸਪੈਕਟਰ
ਇੰਸੀਡੈਂਟ ਹੋਇਆ ਉਹਦੇ ਸੰਬੰਧ ਦੇ ਵਿੱਚ ਮੁਕੱਦਮਾ ਨੰਬਰ 125 ਸਾਡੇ ਵੱਲੋਂ ਸਿਟੀ ਫਰੀਦਕੋਟ ਥਾਣੇ ਦੇ ਵਿੱਚ ਦਰਜ ਕੀਤਾ ਗਿਆ, ਜਿਹਦੇ 'ਚ ਕਿ 3 ਅਸਲੇ ਜਿਹੜੇ ਨੇ ਇਹਨਾਂ ਵਿਅਕਤੀਆਂ ਤੋਂ ਬਰਾਮਦ ਹੋਏ ਨੇ। ਇਹ ਪਿਸਤੌਲ ਜਿਹੜੇ ਨੇ ਇਹਨਾਂ ਨੇ ਪਿਛਲੇ ਮਹੀਨੇ ਕਿਸੇ ਵਿਅਕਤੀ ਤੋਂ ਆਪਣੇ ਸਾਥੀ ਤੋਂ ਪ੍ਰੋਕਿਓਰ ਕਰਵਾਏ ਸੀ ਅਤੇ ਇਹ ਨਾਜਾਇਜ਼ ਬਣੇ ਹੋਏ ਨੇ ਔਰ ਦੇਸੀ ਪਿਸਤੌਲ ਨੇ। ਸਰ ਜੀ ਰਿਕੋਰਡਿੰਗ ਵਗੈਰਾ ਜਿਹੜੀ ਹੋਸਪਿਟਲ ਦੀ ਹੈ, ਪੁਸ਼ਟੀ ਹੋ ਪਈ ਹੈ ਵੀ ਉਹ ਜਿਹੜੀਆਂ ਰਿਕੋਰਡਿੰਗ ਸਾਰੀ ਹੋਸਪਿਟਲ ਦੀਆਂ? ਇਹ ਚੀਜ਼ ਤਫਤੀਸ਼ ਦੇ ਦੌਰਾਨ ਜਿਹੜੀ ਹੈਗੀ ਅਸੀਂ ਰੱਖੀ ਹੋਈ ਹੈ ਅਤੇ ਉਹਦਾ ਹੈਗਾ ਚਲਾਨ ਦਿੰਦੇ ਵਕਤ ਇਹ ਸਾਰੇ ਐਵੀਡੈਂਸ ਜਿਹੜੇ ਨੇ ਨਾਲ ਲਗਾਏ ਜਾਣਗੇ। ਟੋਟਲ ਹੁਣ ਤੱਕ ਇਹ ਮਾਮਲੇ ਦੇ ਵਿੱਚ ਕਿੰਨੀਆਂ ਗ੍ਰਿਫਤਾਰੀਆਂ ਸਰ ਹੋ ਚੁੱਕੀਆਂ? ਇਹਦੇ ਵਿੱਚ ਕੁੱਲ 4 ਵਿਅਕਤੀ ਸਾਡੇ ਵੱਲੋਂ ਫੜੇ ਗਏ ਨੇ, ਜਿਹਦੇ 'ਚ ਕਿ ਹਰਪ੍ਰੀਤ ਪੀਟੂ ਅਤੇ ਵਿਪਨਪ੍ਰੀਤ ਏਲੀਅਸ ਵਿਪਿਨ ਔਰ ਕਰਨ ਸਿੰਘ ਏਲੀਅਸ ਆਸ਼ੂ ਅਤੇ ਅਨੂਪ੍ਰੀਤ ਏਲੀਅਸ ਅਨੂ ਜਿਹੜਾ ਹੈਗਾ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।